हेलो एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ GT GK Gurjite ਇਸ ਵੀਡੀਓ ਚ ਅਸੀਂ ਕਵਰ ਕਰਾਂਗੇ ਮੋਸਟ ਇੰਪੋਰਟੈਂਟ 3 MCQ ਜਿਹੜੇ ਚਾਈਲਡ ਡਿਵੈਲਪਮੈਂਟ ਨਾਲ ਸੰਬੰਧਿਤ ਨੇ ਨਲੈਗਲ ਹੋਰ ਪੀਐਸਟਟ ਵਿਦਿਆਰਥੀਆਂ ਲਈ ਅਸੀਂ ਇੱਕ ਗੈਸ ਪੇਪਰ ਤਿਆਰ ਕੀਤਾ ਹੋਇਆ ਹੈ ਜੇਕਰ ਕਿਸੇ ਨੇ ਨਹੀਂ ਵੇਖਿਆ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਉਹਦਾ ਲਿੰਕ ਪਾ ਦਵਾਂਗੇ ਉਤੋਂ ਜਾ ਕੇ ਤੁਸੀਂ ਐਗਜ਼ਾਮ ਤੋਂ ਪਹਿਲਾਂ ਉਹ ਗੈਸ ਪੇਪਰ ਜ਼ਰੂਰ ਵੇਖਣਾ ਜੀ ਕਿਉਂਕਿ ਉਸ ਨਾਲ ਤੁਹਾਨੂੰ ਐਗਜ਼ਾਮ 'ਚ ਕਾਫੀ ਹੈਲਪ ਮਿਲੂਗੀ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਸਾਡਾ ਫਰਸਟ ਕੁਸ਼ਣ ਆਂਦਾ ਹੈ ਅਸੀਂ ਜੋ ਵੀ ਨਵਾਂ ਕੰਮ ਕਰਦੇ ਹਾਂ ਉਸ ਨੂੰ ਆਤਮ ਸាទ ਕਰ ਲੈਂਦੇ ਹਾਂ ਇਹ ਕਿਸ ਨਾਲ ਸੰਬੰਧਿਤ ਹੈ ਚਾਰ ਆਪਸ਼ਨ ਨੇ ਫਸਟ ਹੈਗਾ ਆਤਮਿਕਰਨ ਦੇ ਨਿਯਮ ਨਾਲ ਸੈਕਿੰਡ ਦਿੱਤਾ ਹੈ ਅੰਸ਼ਿਕ ਕਿਰਿਆ ਦੇ ਨਿਯਮ ਨਾਲ ਥਰਡ ਆਪਣੇ ਕੋਲ ਹੈਗਾ ਅਭਿਆਸ ਦੇ ਨਿਯਮ ਨਾਲ ਤੇ ਫੋਰਥ ਹੈਗਾ ਪਰਿਮਾਨ ਜਾਂ ਨਤੀਜੇ ਦੇ ਨਿਯਮ ਨਾਲ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ 3 ਅਭਿਆਸ ਦੇ ਨਿਯਮ ਨਾਲ ਨੈਕਸਟ ਕੁਐਸਚਨ ਹੈਗਾ ਸਿੱਖਣ ਦੇ ਪ੍ਰਕਾਰ ਡੈਸ਼ ਹਨ ਪਹਿਲਾ ਦਿੱਤਾ ਹੈ ਗਿਆਨਤਮ ਸਿੱਖਣ ਦੂਜਾ ਦਿੱਤਾ ਹੈ ਗਾਮਕ ਸਿੱਖਣ ਤੀਜਾ ਆਪਣੇ ਕੋਲ ਹੈਗਾ ਸਵੈਦਨਾਤਮਕ ਸਿੱਖਣ ਤੇ 4 ਹੈਗਾ ਉਪਰੋਕਤ ਸਾਰੇ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ ਉਪਰੋਕਤ ਸਾਰੇ ਸਿੱਖਣ ਦੇ ਪ੍ਰਕਾਰ ਹਨ ਗਿਆਨਾਤਮਕ ਸਿੱਖਣ ਗਾਮਕ ਸਿੱਖਣ ਅਤੇ ਸਵੈਦਨਾਤਮਕ ਸਿੱਖਣ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਸ਼ੁਰੂਆਤੀ ਜਮਾਤਾਂ ਵਿੱਚ ਸਿੱਖਣ ਦੇ ਜਿੰਨਾ ਤਰੀਕਿਆਂ ਨੂੰ ਮਹੱਤਵ ਦਿੱਤਾ ਜਾਂਦਾ ਹੈ ਉਹ ਹਨ ਫਰਸਟ ਆਪਣੇ ਕੋਲ ਹੈਗਾ ਨਰੀਖਣ ਵਿਧੀ ਸੈਕੰਡ ਹੈਗਾ ਕਰਕੇ ਸਿੱਖਣਾ ਥਰਡ ਆਪਣੇ ਕੋਲੇ ਹੈ ਸਮੋਇਕ ਵਿਧੀ ਤੇ ਫੋਰਥ ਹੈਗਾ ਵਾਦ ਵਿਵਾਦ ਵਿਧੀ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 3 ਸਮੋਇਕ ਵਿਧੀ ਨੈਕਸਟ ਕੁਐਸ਼ਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸ਼ਨ ਹੁੰਦਾ ਹੈ ਸਿੱਖਣ ਲਈ ਵਿਸ਼ੇ ਸਮੱਗਰੀ ਦਾ ਸਰੂਪ ਹੋਣਾ ਚਾਹੀਦਾ ਹੈ ਚਾਰ ਆਪਸ਼ਨ ਨੇ ਫਸਟ ਹੈਗਾ ਅਸਮਾਨ ਸੈਕੰਡ ਹੈਗਾ ਸੌਰੀ ਫਸਟ ਹੈਗਾ ਆਸਾਨ ਸੈਕੰਡ ਹੈਗਾ ਮੁਸ਼ਕਿਲ ਥਰਡ ਆਪਣੇ ਕੋਲ ਗਿਆ ਆਸਾਨ ਤੋਂ ਮੁਸ਼ਕਿਲ ਤੇ ਫੋਰਥੇ ਗਿਆ ਮੁਸ਼ਕਿਲ ਤੋਂ ਆਸਾਨ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 3 ਆਸਾਨ ਤੋਂ ਮੁਸ਼ਕਿਲ ਨੈਕਸਟ ਕੁਐਸ਼ਨ ਵੱਲ ਚਲਦੇ ਆ ਸਟਾ ਨੈਕਸਟ ਕੁਐਸ਼ਨ ਆ ਜਾਂਦਾ ਹੈ ਸਿੱਖਣ ਤੋਂ ਬਿਨਾ ਸੰਭਵ ਨਹੀਂ ਹੈ ਫਸਟ অপਸ਼ਨ ਦਿੱਤਾ ਹੈ ਵਾਦਾ ਸੈਕੰਡ ਹੈਗਾ ਅਭੀ ਵਿਧੀ ਥਰਡ ਆਪਣੇ ਕੋਲ ਹੈਗਾ ਉਤੇਜਨਾ ਤੇ ਫੋਰਥੇ ਹੈਗਾ A ਅਤੇ B ਦੋਵੇਂ ਤੇ ਪੰਜਵੇਂ ਦਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ D ए बी दो सीखण तो बिना संभव नहीं है वाधा अभिवृद्धि नैक्सट क्वेश्चन वाल चलते हैं हाँ नेक्स्ट क्वेश्चन आ जाता है दिया असफलता कारण समझ दसफलतावान ये कथन चार ऑप्शन दिए हुए हैं फस्ट है मरसेल का है सैकेंड है कारन ब्रेक का है थर्ड अपने को गिली लैंड है तो फोर्थ है मारनगन का है तो यह क्रैक्ट आंसर हो जाएगा ऑप्शन नंबर डी ਮਾਰਗੰਦਾ ਹੈ ਸਿੱਖਣ ਦੀਆਂ ਅਸਫਲਤਾਵਾਂ ਦਾ ਕਾਰਨ ਸਮਝਣ ਦੀਆਂ ਅਸਫਲਤਾਵਾਂ ਹਨ ਇਹ ਜਿਹੜਾ ਕਥਨ ਹੈ ਮਾਰਗੰਦਾ ਹੈਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਸੜਨ ਨੈਕਸਟ ਕੁਐਸਚਨ ਆ ਜਾਂਦਾ ਹੈ ਸਿੱਖਣਾ ਸੰਬੰਧ ਸਥਾਪਿਤ ਕਰਨਾ ਹੈ ਸੰਬੰਧ ਸਥਾਪਿਤ ਕਰਨ ਦਾ ਕਾਰਜ ਮਨੁੱਖ ਦਾ ਦਿਮਾਗ ਕਰਦਾ ਹੈ ਇਹ ਕਥਨ ਹੈ ਚਾਰ ਆਪਸ਼ਨ ਨੇ ਫਸਟ ਹੈਗਾ ਵੁਡਵਰਥ ਦਾ ਸੈਕੰਡ ਦਿੱਤਾ ਹੈ ਥੋਰਨਡਾਈਕ ਦਾ ਥਰਡ ਆਪਣੇ ਕੋਲੇ ਹੈਗਾ राइबर्न ਦਾ ਤੇ ਫੋਰਟੇਗਾ ਸਕਿੰਨਰ ਦਾ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਡੀ ਸਕਿੰਨਰ ਦਾ ਸਿੱਖਣਾ ਸਬੰਧ ਸਥਾਪਿਤ ਕਰਨਾ ਹੈ ਸਬੰਧ ਸਥਾਪਿਤ ਕਰਨ ਦਾ ਕਾਰਜ ਮਨੁੱਖ ਦਾ ਦਿਮਾਗ ਕਰਦਾ ਹੈ ਤਾਂ ਇਹ ਗੱਤ ਹੈਗਾ ਸਕਿੰਨਰ ਦਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਬ੍ਰह्म ਰੂਪ ਤੋਂ ਦੋ ਮਨੁੱਖ ਇੱਕ ਜਮਾਨ ਹਨ ਪਰ ਉਹ ਹੋਰ ਆੰਤ੍ਰਿਕ ਯੋਗਤਾਵਾਂ ਦੀ ਨਜ਼ਰ ਵਿੱਚ ਸਮਰੂਪ ਨਹੀਂ ਹਨ ਇਸ ਤਰ੍ਹਾਂ ਦੀ ਵਿਅਕਤੀਗਤ ਵਿਭਿੰਨਤਾ ਕਿਹਾਉਂਦੀ ਹੈ ਫਰਸਟ অপਸ਼ਨ ਹੈਗਾ ਮਨੁੱਖਤਾ ਸੈਕਿੰਡ ਦਿੱਤਾ ਹੈ ਬਾਰੀ ਵਿਭਿੰਨਤਾ ਥਰਡ ਆਪਣੇ ਕੋਲ ਹੈਗਾ ਅੰਦਰੂਨੀ ਵਿਭਿੰਨਤਾ ਤੇ ਫੋਰਥ ਹੈਗਾ ਉੱਪਰ ਲਿਖੇ ਕੋਈ ਨਹੀਂ ਤਾਂ ਇਹਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 3 ਅੰਦਰੂਨੀ ਵਿਭਿੰਨਤਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਥਰਡ ਨੈਕਸਟ ਕੁਐਸਚਨ ਆ ਜਾਂਦਾ ਹੈ ਹੇਟ ਲਿਖ ਵਿੱਚੋਂ ਠੀਕ ਕਥਨ ਕਿਹੜਾ ਹੈ ਫਰਸਟ ਕਥਨ ਦਿੱਤਾ ਹੈ ਦੋ ਮਨੁੱਖ ਸਮਾਨ ਨਹੀਂ ਹੁੰਦੇ ਸੈਕਿੰਡ ਆਪਣੇ ਕੋਲ ਹੈਗਾ व्यक्तिगत भिन्नतावान का मापन संभव है थर्ड अपने को व्यक्तिगत भिन्नतावान सर्वपोभिक होंदिया हैं थर्ड है उपरोक्त सारे तो एक्ट आंसर हो जाएगा ऑप्शन नंबर डी उपरोक्त सारे की है हेट लिखे वजोग ठीक कथन तो पहला दिता है दो मनुख समान नहीं होंगे आ भी करेक्ट है दूजा है व्यक्तिगत विभिन्नतावान मापन संभव है यह भी सही है थर्ड अपने को व्यक्तिगत ਕਿਪਿੰਟਾਂ ਸਾਰਵ ਭੂਮਿਕ ਹੁੰਦੀ ਹਨ ਤਾਂ ਇਹ ਵੀ ਸਹੀ ਹੈ ਤਾਂ ਇਹਦਾ ਆਨਸਰ ਹੋ ਜਾਵੇਗਾ অপਸ਼ਨ ਨੰਬਰ ਡੀ ਉਪਰੋਕਤ ਸਾਰੇ ਨੈਕਸਟ ਕੁਸ਼ਚਨ ਵੱਲ ਚਲਦੇ ਹਾਂ ਨੈਕਸਟ ਕੁਸ਼ਚਨ ਆ ਜਾਂਦਾ ਹੈ ਮੋٹے ਤੌਰ ਤੇ ਵਿਅਕਤੀਗਤ ਵਿਪੇਦ ਨੂੰ ਕਿੰਨੇ ਪਾਗਾਂ ਵਿੱਚ ਵੰਡਿਆ ਗਿਆ ਹੈ ਫਸਟ অপਸ਼ਨ ਹੈਗਾ 2 ਸੈਕਿੰਡ ਦਿੱਤਾ 4 ਥਰਡ ਆਪਣੇ ਕੋਲ ਹੈਗਾ 3 ਤੇ फोर्थ ਦੇਗਾ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਡੀ ਇਹਨਾਂ ਵਿੱਚੋਂ ਕੋਈ ਨਹੀਂ ਨੈਕਸਟ ਕੁਸ਼ਚਨ ਹੈਗਾ संगठित विच हेठ लिखे पक्ष विकसित होंगे फर्स्ट है मानसिक सैकेंड दिता है संवेगात्मक थर्ड अपने को समाजिक फोर्थ है उपरोक्त सारे तो कुरैक्ट आंसर हो जाएगा ऑप्शन नंबर डी उपरोक्त सारे संगठित संघित विच तव लिखे पक्ष विकसित होंगे तो किसिक स्वेगात्मक समाजिक ਨੈਕਸਟ ਕੁਐਸਚਨ ਆਪਣੇ ਕੋਲ ਆ ਜਾਂਦਾ ਹੈ ਮਨੋਵਿਗਿਆਨ ਹੈ ਤੇ ਚਾਰ ਆਪਸ਼ਨ ਦਿੱਤੀ ਹੋਈ ਨੇ ਫਸਟ ਹੈ ਗਾਇ ਸਮਾਜਿਕ ਵਿਗਿਆਨ ਸੈਕੰਡ ਆਪਣੇ ਕੋਲ ਹੈਗਾ ਵਿਵਹਾਰਿਕ ਵਿਗਿਆਨ ਤਰਡ ਆਪਣੇ ਕੋਲ ਦਿੱਤਾ ਹੈ ਸ਼ੁੱਧ ਵਿਗਿਆਨ ਤੇ ਫੋਰਥ ਹੈ ਗਾਇ ਪ੍ਰਾਕ੍ਰਿਤਿਕ ਵਿਗਿਆਨ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਵਿਵਹਾਰਿਕ ਵਿਗਿਆਨ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹੇਰ ਦਿੱਤੀ ਲਿਖੀ ਪद्धति ਵਿਅਕਤੀਗਤ ਪੇਧ ਨੂੰ ਧਿਆਨ ਵਿੱਚ ਨਾ ਰੱਖ ਕੇ ਸਿੱਖਿਆ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਫਸਟ ਆਪਸ਼ਨ ਹੈਗਾ ਡਾਲਟਨ ਪद्धਤੀ ਸੈਕਿੰਡ ਹੈ ਵਿਆਖਿਆਨ ਪદ્ધਤੀ ਥਰਡ ਆਪਣੇ ਕੋਲ ਹੈਗਾ ਬਿਨੇਟਿਕਾ ਪદ્ધਤੀ ਅਤੇ ਫੋਰਥ ਹੈਗਾ ਪ੍ਰੋਜਨਾ ਪદ્ધਤੀ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਵਿਆਖਿਆਨ ਪદ્ધਤੀ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਰੀਰਕ ਤੌਰ ਤੇ ਅਪਾਜ ਵਿਅਕਤੀ ਲਈ ਇਹਨਾਂ ਵਿੱਚੋਂ ਕਿਹੜੀ ਰੱਖਿਆ ਤੰਤਰ ਵਿਧੀ ਸਭ ਤੋਂ ਸੰਤੋਖ ਜਨਕ ਹੁੰਦੀ ਹੈ ਫਸਟ ਕੀ ਹੈ ਸਮਰੂਪਤਾ ਸੈਕਿੰਡ ਦਿੱਤੀ ਹੈ विवेकिकरण ਸਾਡਾ ਆਪਣੇ ਕੋਲ ਕੀ ਹੈ ਕਲਪਨਾ ਤਰੰਗ ਤੇ ਫੋਰ ਦੇ ਗਿਆ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਕਲਪਨਾ ਤਰੰਗ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਬਾਲ ਅਪਰ ਸੈਸ਼ਨ ਪ੍ਰਿਕਣ ਤਿੰਨ ਸਾਲ ਤੋਂ 10 ਸਾਲ ਦੀ ਉਮਰ ਦੇ ਬੱਚੇ ਲਈ ਬਣਾਇਆ ਗਿਆ ਹੈ ਇਸ ਪ੍ਰਿਕਣ ਵਿੱਚ ਗਾਰਡਨ ਵਿੱਚ ਪ੍ਰਤੀ ਸਥਾਪਿਤ ਕੀਤਾ ਗਿਆ ਹੈ ਫਸਟ অপਸ਼ਨ ਹੈਗਾ ਨਿਰਜੀਵ ਵਸਤੂਆਂ ਦੇ ਸਥਾਨ ਤੇ ਨਿਰਜੀਵ ਵਸਤੂਆਂ ਨੂੰ ਸੇਕਿੰਡ ਦੀ ਥਾਂ ਤੇ ਲੋਕਾਂ ਦੀ ਥਾਂ ਤੇ ਜਾਨਵਰਾਂ ਨੂੰ ਸਾਡਾ ਆਪਣੇ ਕੋਲੇ ਗਿਆ ਪੁਰਖਾਂ ਦੀ ਥਾਂ ਤੇ ਔਰਤਾਂ ਨੂੰ ਤੇ ਸੋਰੀ ਆ ਹੁਣ ਪੁਰਸ਼ਾਂ ਦੀ ਥਾਂ ਤੇ ਔਰਤਾਂ ਨੂੰ ਤੇ ਡੀ ਹੈਗਾ ਬਾਲਗਾਂ ਦੀ ਥਾਂ ਤੇ ਬੱਚਿਆਂ ਨੂੰ ਤਾਂ ਇਹਦੇ ਕੋਲ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਬੀ ਲੋਕਾਂ ਦੀ ਥਾਂ ਤੇ ਜਾਨਵਰਾਂ ਨੂੰ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਸਿਰਜਣਾਤਮਕਤਾ ਦੇ ਪੋਸ਼ਣ ਲਈ ਇੱਕ ਅਧਿਆਪਕ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਦੀ ਸਹਾਇਤਾ ਲੈਣੀ ਚਾਹੀਦੀ ਹੈ ਫਸਟ ਹੈਗਾ ਬ੍ਰੇਨ ਸਟਾਰਮਿੰਗ ਦੀ ਸੈਕੰਡ ਹੈਗਾ ਲੈਕਚਰ ਵਿਧੀ ਥਰਡ ਆਪਣੇ ਕੋਲ ਹੈ ਦੇਖਣ ਸੁਣਨ ਸਾਧਨ ਤੇ ਫੋਰਥ ਹੈਗਾ ਉਪਰੋਕਤ ਸਾਰੇ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ A ਬ੍ਰੇਨ ਸਟਾਰਮਿੰਗ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਇਨਾਂ ਵਿੱਚੋਂ ਕਿਹੜਾ ਖਤਮ ਸਹੀ ਨਹੀਂ ਹੈ ਫਸਟ ਹੈ ਕਿ ਲੋੜ ਵਾਂਝੀ ਹੋਣ ਦੀ ਸਰੀਰਕ ਅਵਸਥਾ ਨਹੀਂ ਹੈ ਸੈਕਿੰਡ ਹੈ ਕਿ ਪ੍ਰੇਰਕ ਲੋੜ ਦਾ ਮਨੋਵਿਗਿਆਨਿਕ ਪਰਿਮਾਨ ਹੈ ਥਰਡ ਆਪਣੇ ਕੋਲੇ ਹੈ ਲੋੜ ਅਤੇ ਪ੍ਰੇਰਕ ਸਮਾਨੰਤਰ ਹਨ ਪਰੰਤੂ ਸਮਾਨ ਨਹੀਂ ਤੇ ਫੋਰਥ ਹੈ ਮੂਲ ਪਰਵਰਤਿਆ ਅੰਦਰੂਨੀ ਜੈਵਿਕ ਬਲ ਬਲ ਹਨ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਫਸਟ ਲੋੜ ਵਾਂਝੀ ਹੋਣ ਦੀ ਸਰੀਰਕ ਅਵਸਥਾ ਨਹੀਂ ਹੈ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆਪਣੇ ਕੋਲ ਆ ਜਾਂਦਾ ਹੈ ਸਿੱਖਿਆ ਅਧਿਕਾਰ ਕਾਨੂੰਨ 2009 ਵਿੱਚ ਇੱਕ ਅਧਿਆਪਕ ਲਈ ਘੱਟੋ-ਘੱਟ ਕਿੰਨੇ ਘੰਟੇ ਪ੍ਰਤੀ ਹਫਤਾ ਕੰਮ ਕਰਨਾ ਨਿਰਧਾਰਿਤ ਕੀਤਾ ਗਿਆ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ 40 ਘੰਟੇ ਬੀ ਹੈਗਾ 45 ਘੰਟੇ ਸੀ ਹੈਗਾ 50 ਘੰਟੇ ਤੇ ਡੀ ਹੈਗਾ 55 ਘੰਟੇ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ A 40 ਘੰਟੇ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਰੀਰਿਕ ਰੂਪ ਤੋਂ ਮਨੁੱਖ ਮਨੁੱਖ ਦੇ ਮਦ ਜਿਹੜੀ ਪਿੰਤਾ ਦਿਖਾਈ ਦਿੰਦੀ ਹੈ ਉਹ ਕਿਲਾਉਂਦੀ ਹੈ ਚਾਰ ਆਪਸ਼ਨ ਹੈਗੇ ਨੇ ਫਸਟ ਹੈਗਾ ਬਾਰੀ ਪਿੰਤਾ ਸੈਕਿੰਡ ਹੈਗਾ ਆੰਤ੍ਰਿਕ ਪਿੰਤਾ ਥਰਡ ਹੈਗਾ ਵਿਅਕਤੀਤਾ ਤੇ ਡੀ ਹੈਗਾ ਉਪਰੋਕਤ ਸਾਰੇ ਤਿੰਨ ਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ A ਬਾਰੀ ਪਿੰਤਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਵਿਅਕਤੀਗਤ ਵਿਪੇਦ ਨੂੰ ਜਾਣਨ ਦੀਆਂ ਵਿਧੀਆਂ ਫਸਟ ਹੈਗਾ ਬੁੱਧੀ ਪ੍ਰੀਖਣ ਸੈਕਿੰਡ ਹੈਗਾ ਵਿਅਕਤੀ ਵਿਅਕਤੀ ਇਤਿਹਾਸ ਵਿਧੀ ਥਰਡ ਹੈਗਾ ਰੁਚੀ ਪ੍ਰੀਖਣ ਤੇ ਡੀ ਹੈਗਾ ਉਪਰੋਕਤ ਸਾਰੇ ਤਿੰਨ ਸਾਰੇ ਕਰੈਕਟ ਆਨਸਰ ਹੋ ਜਾਵੇਗਾ ਉਪਰੋਕਤ ਸਾਰੇ ਵਿਅਕਤੀਗਤ ਵਿਪੇਦ ਨੋਜਨ ਦੀਆਂ ਵਿਧੀਆਂ ਹਨ ਬੁੱਧੀ ਪ੍ਰੀਖਣ ਦੂਜਾ ਹੈਗਾ ਵਿਅਕਤੀ ਇਤਿਆਸ ਵਿਧੀ ਥਰਡ ਹੈਗਾ ਰੁਚੀ ਪ੍ਰੀਖਣ ਸਾਰੇ ਕਰੈਕਟ ਹੋ ਜਾਣਗੇ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਵਿਅਕਤੀ ਵਿਅਕਤੀਗਤ ਪਿੰਤਾਵਾਂ ਦੇ ਆਧਾਰ ਤੇ ਉੱਤੇ ਸਿੱਖਿਆਕ ਨੂੰ ਮਦਦ ਮਿਲਦੀ ਹੈ ਫਸਟ ਹੈਗਾ ਅਧਿਆਪਨ ਤੇ ਵਪਸਾਇਕ ਨਿਰਦੇਸ਼ਨ ਵਿੱਚ ਸੈਕਿੰਡ ਹੈਗਾ ਵਿਦਿਆਰਥੀਆਂ ਦੇ ਵਰਗੀਕਰਨ ਵਿੱਚ ਥਰਡ ਹੈਗਾ ਅਧਿਆਪਨ ਵਿਧੀ ਦੀ ਚੋਣ ਵਿੱਚ ਅਟ ਡੀ ਹੈ ਉਪਰੋਕਤ ਸਾਰੇ ਤਾਂ ਦਾ கரெਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਡੀ ਉਪਰੋਕਤ ਸਾਰੇ ਵਿਅਕਤੀਗਤ ਵਿਵਿਧਤਾਵਾਂ ਦੇ ਆਧਾਰ ਉਤੇ ਸਿੱਖਿਆਕ ਨੂੰ ਮਦਦ ਮਿਲਦੀ ਹੈ ਅਧਿਆਪਨ ਤੇ ਵਿਵਸਾਇਕ ਨਿਰਦੇਸ਼ਨ ਨਾਲ ਦੂਜਾ ਦਿੱਤਾ ਸੀ ਵਿਦਿਆਰਥੀਆਂ ਦੇ ਵਰਗੀਕਰਨ ਆ ਵੀ ਸਹੀ ਹੋ ਜਾਵੇਗਾ ਥਰਡ ਹੈਗਾ ਅਧਿਆਪਨ ਵਿਧੀ ਦੀ ਚੋਣ ਤਾਂ ਸਾਰੇ ਜਿਹੜੇ கரெਕਟ ਹੋ ਜਾਣਗੇ অপਸ਼ਨ ਨੰਬਰ ਡੀ ਸਹੀ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਮਾਨਸਿਕ ਵਿਵੇਦ ਦੇ ਅੰਤਰਗਤ ਨਹੀਂ ਆਉਂਦਾ ਫਸਟ ਦਿੱਤਾ ਹੈ ਰੁਚੀ ਸਬੰਧੀ ਪੇਧ ਸੈਕੰਡ ਦਿੱਤਾ ਹੈ ਯੋਗਤਾ ਸਬੰਧੀ ਪੇਧ ਥਾਡਾ ਆਪਣੇ ਕੋਲ ਹੈਗਾ ਸੁਭਾਵਕ ਸੌਰੀ ਸੁਭਾਵਕ ਪੇਧ ਅਤੇ ਡੀ ਹੈਗਾ ਸਰੀਰਕ ਸਰਚਨਾ ਸਬੰਧੀ ਪੇਧ ਤਾਂ ਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਡੀ ਸਰੀਰਕ ਸਰਚਨਾ ਸਬੰਧੀ ਪੇਧ ਸਾਡਾ ਨੈਕਸਟ ਕੁਐਸਚਨ ਆਂਦਾ ਹੈ ਸੜਨ ਨੈਕਸਟ ਕੁਐਸਚਨ ਆ ਜਾਂਦਾ ਹੈ ਮਨੋ ਸ਼ਰੀਰਕ ਅਸਮੰਤਾਵਾਂ ਨੂੰ ਕਿਹਾ ਜਾਂਦਾ ਹੈ ਫਸਟ ਆਪਸ਼ਨ ਏ ਹੈ ਵਿਅਕਤੀਤਾ ਸੈਕੰਡ ਹੈਗਾ ਸਮਾਯੋਜਨ ਥਰਡ ਆਪਣੇ ਕੋਲ ਦਿੱਤਾ ਹੈ ਵਿਅਕਤੀਗਤ ਪਿੰਤਾ ਤੇ ਡੀ ਹੈਗਾ ਉਪਰੋਕਤ ਸਾਰੇ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ 3 ਵਿਅਕਤੀਗਤ ਪਿੰਤਾ ਮਨੋ ਸ਼ਰੀਰਕ ਅਸਮੰਤਾਵਾਂ ਨੂੰ ਕਿਹਾ ਜਾਂਦਾ ਹੈ ਵਿਅਕਤੀਗਤ ਪਿੰਤਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸੜਨ ਨੈਕਸਟ ਕੁਐਸਚਨ ਆ ਜਾਂਦਾ ਹੈ ਜਿਹੜੇ ਤੱਥਾਂ ਦਾ ਨਿਰਧਾਰਨ ਕੀਤਾ ਜਾਂਦਾ ਹੈ ਉਹਨਾਂ ਦਾ ਸਾਰ ਕੱਢ ਕੇ ਸਿਕਾਤਮਿਕ ਰੂਪ ਵਿੱਚ ਵਿਅਕਤ ਕਰਨਾ ਕਿਹਾਉਂਦਾ ਫਸਟ ਹੈਗਾ ਆਤਮ ਕਥਾ ਸੈਕੰਡ ਦਿੱਤਾ ਹੈ ਵਿਅਕਤੀ ਇਤਿਹਾਸ ਦੇਨ ਥਰਡ ਆਪਣੇ ਕੋਲ ਹੈ ਸਮਾਜ ਮਿਤੀ ਤੇ ਫੋਰਥ ਹੈਗਾ ਨਿਰਧਾਰਨ ਮਾਨਤਾ ਇਹਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 3 ਸਮਾਜ ਮਿਤੀ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸੰਗਠਿਤ ਵਿਅਕਤੀਤਵ ਵਿੱਚ ਹੇਟ ਅੰਕਿਤ ਪੱਖ ਵਿਕਸਿਤ ਹੁੰਦੇ ਹਨ ਫਸਟ ਹੈਗਾ ਮਾਨਸਿਕ ਸੈਕੰਡ ਦਿੱਤਾ ਹੈ ਸਵੇਗਾਤਮਕ ਥਰਡ ਆਪਣੇ ਕੋਲ ਹੈ ਸਮਾਜਿਕ ਤੇ ਫੋਰਥ ਹੈਗਾ ਉਪਰੋਕਤ ਸਾਰੇ ਤਾਂ ਤਾਂ ਕੋਰੈਕਟ ਆਨਸਰ ਹੋ ਜਾਵੇਗਾ অপশন ਨੰਬਰ ਡੀ ਉਪਰਕਤ ਸਾਰੇ ਸੰਗਠਿਤ ਵਿਅਕਤੀ ਵਿੱਚ ਹੇਠ ਅੰਕਿਤ ਪੱਖ ਵਿਕਸਿਤ ਹੁੰਦੇ ਹਨ ਮਾਨਸਿਕ ਸਵੇਗਾਤਮਕ ਸਮਾਜਿਕ ਇਹ ਸਾਰੇ ਪੱਖ ਜਿਹੜੇ ਵਿਕਸਿਤ ਹੁੰਦੇ ਹਨ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਰੱਖਿਆ ਤੰਤਰ ਬਹੁਤ ਸਹਾਇਤਾ ਕਰਦਾ ਹੈ ਫਸਟ ਹੈਗਾ ਹਿੰਸਾ ਨਾਲ ਨਿਪਟਣ ਲਈ ਸੈਕੰਡ ਦਿੱਤਾ ਹੈ ਦਬਾਅ ਨਾਲ ਨਿਪਟਣ ਲਈ ਤਾੜੇਗਾ ਥਕਾਵਟ ਨਾਲ ਨਿਪਟਣ ਲਈ ਤੇ ਫੋਰਥ ਹੈਗਾ ਅਜਨਬੀਆਂ ਨਾਲ ਨਿਪਟਣ ਲਈ ਤੈਂ ਦਾ கரੈਕਟ ਆਨਸਰ ਹੋ ਜਾਵੇਗਾ অপশন ਨੰਬਰ B ਦਬਾਅ ਨਾਲ ਨਿਪਟਣ ਲਈ ਨੈਕਸਟ ਕੁਐਸਚਨ ਹੈਗਾ ਸਾਡਾ ਨੈਕਸਟ ਕੁਐਸਚਨ ਹੈ ਚਾਕਰਤਾ ਬਿਆਨ ਵਿੱਚ ਆਪ ਕਿਸ ਤਰ੍ਹਾਂ ਆਪਣਾ ਯੋਗਦਾਨ ਦੇ ਸਕਦੇ ਹੋ ਫਸਟ ਜਗ੍ਹਾ ਨੌਕਰੀ ਕਰਕੇ ਸੈਕੰਡ ਦਿੱਤਾ ਹੈ ਆਪਣੇ ਆਪ ਨੂੰ ਸ਼ਾਖਰ ਕਰਕੇ ਤਾੜੇ ਗਿਆ ਸ਼ਾਖਰਤਾ ਦਾ ਮਤਵ ਦੱਸ ਕੇ 3 ਲਾਸਟ ਜਗ੍ਹਾ ਦੋ ਅਨਪੜ੍ਹ ਵਿਅਕਤੀਆਂ ਨੂੰ ਸ਼ਾਖਰ ਕਰਕੇ ਤੈਂ ਦਾ கரੈਕਟ ਆਨਸਰ ਹੋ ਜਾਵੇਗਾ অপশন ਨੰਬਰ D ਦੋ ਅਨਪੜ੍ਹ ਵਿਅਕਤੀਆਂ ਨੂੰ ਸ਼ਾਖਰ ਕਰਕੇ ਸਾਡਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆ ਜਾਂਦਾ ਹੈ ਸੰਤੁਲਿਤ ਵਿਚਾਰਾਂ ਵਾਲੇ ਵਿਅਕਤੀ ਵਿੱਚ ਸਮਾਯੋਜਨ ਸ਼ਕਤੀ ਜ਼ਿਆਦਾ ਹੁੰਦੀ ਹੈ ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ ਫਸਟ ਹੈਗਾ ਬਿਲਕੁਲ ਨਹੀਂ ਸੈਕਿੰਡ ਹੈਗਾ ਕੁਝ-ਕੁਝ ਥਰਡ ਹੈਗਾ ਸੰਭਵ ਹੈ ਤੇ ਡੀ ਹੈਗਾ ਪੂਰਨ ਸਹਿਮਤ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਡੀ ਪੂਰਨ ਸਹਿਮਤ ਸਾਡਾ ਲਾਸਟ ਕੁਐਸਚਨ ਆਉਂਦਾ ਹੈ ਕਿਸੇ ਬਾਲਕ ਦੀ ਵਿੱਦਿਆ ਪ੍ਰਗਤੀ ਦਿਨ-प्रतिदिन ਗਿਰਾਵਟ ਦੇ ਵੱਲ ਜਾ ਰਹੀ ਹੈ ਇਸ ਦਾ ਹੈਡਲਿਕੇ ਵਿੱਚ ਵਿੱਚੋਂ ਪ੍ਰਮੁੱਖ ਕਾਰਨ ਹੋਵੇਗਾ ਤੁਸੀਂ ਕਾਰਨ ਦੱਸਣਾ ਹੈ ਫਰਸਟ ਆਪਣੇ ਕੋਲ ਦਿੱਤਾ ਹੈ ਉਹ ਤਨ ਘਮਾਉਣਾ ਲੱਗਿਆ ਹੈ ਸੈਕੰਡ ਹੈਗਾ ਉਹ ਗਲਤ ਸੰਗਤ ਵਿੱਚ ਪਿਆ ਗਿਆ ਹੈ ਤੁਹਾਡਾ ਆਪਣੇ ਕੋਲ ਹੈ ਅਧਿਆਪਕ ਠੀਕ ਤਰ੍ਹਾਂ ਨਹੀਂ ਪੜਾਉਂਦੇ ਹਨ ਤੇ ਡੀ ਦਿੱਤਾ ਹੈ ਬਾਲਕ ਦੀ ਪੜਨ ਵਿੱਚ ਰੁਚੀ ਨਹੀਂ ਹੈ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਅਧਿਆਪਕ ਠੀਕ ਤਰ੍ਹਾਂ ਨਹੀਂ ਪੜਾਉਂਦੇ ਹਨ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਨਾਲੇ ਇੱਕ ਗੱਲ ਹੋਰ ਪੀਐਸਟੈਟ ਵਿਦਿਆਰਥੀਆਂ ਲਈ ਅਸੀਂ ਗੈਸ ਪੇਪਰ ਤਿਆਰ ਕੀਤਾ ਹੋਇਆ ਹੈ ਜੇਕਰ ਕਿਸੇ ਨੇ ਨਹੀਂ ਵੇਖਿਆ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਤੁਹਾਨੂੰ ਉਹਦਾ ਲਿੰਕ ਦੇ ਦੇਵਾਂਗੇ ਨਹੀਂ ਤਾਂ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ 'ਚ ਜਾ ਕੇ ਵੇਖ ਸਕਦੇ ਹੋ ਉਹਦੇ ਨਾਲ ਤੁਹਾਨੂੰ ਐਗਜ਼ਾਮ ਵਿੱਚ ਕਾਫੀ ਹੈਲਪ ਮਿਲੂਗੀ ਨਾਲੇ ਪੀਐਸਟੈਟ ਦੇ ਐਡਮਿਟ ਕਾਰਡ ਆ ਚੁੱਕੇ ਨੇ ਤੇ ਸਾਰਿਆਂ ਵਿਦਿਆਰਥੀਆਂ ਲਈ ਮੇਰੇ ਵੱਲੋਂ ਬੈਸਟ ਆਫ ਲੱਕ ਮੈਂ ਪਰਮਾਤਮਾ ਅਗੇ ਉਹਨਾਂ ਦੀ ਵਧੀਆ ਐਗਜ਼ਾਮ ਦੀ ਕਾਮਨਾ ਕਰਦਾ ਮਿਲਦੇ ਹਾਂ ਨੈਕਸਟ ਵੀਡੀਓ 'ਚ ਤਦ ਤੱਕ ਤੇ ਲਈ ਟੇਕ ਕੇਅਰ